ਪੰਜਾਬੀ ਡਿਕਟੇਸ਼ਨ ਸਪੀਡ 130 ਸ਼ਬਦ ਪ੍ਰਤੀ ਮਿੰਟ ਅੰਜੀ ਰੈਡੀ ਸਟਾਰਟ ਇਤਿਹਾਸ ਗਵਾਹ ਹੈ ਕਿ 1945 ਵਿੱਚ ਜਰਮਨੀ ਦੇਸ਼ ਦੂਜੇ ਸੰਸਾਰ ਯੁੱਧ ਸਮੇਂ ਬੁਰੀ ਤਰ੍ਹਾਂ ਤਬਾਹ ਹੋ ਗਿਆ ਸੀ ਉਸ ਤੋਂ ਬਾਅਦ ਇਹ ਦੇਸ਼ ਆਪਣੀ ਮਿਹਨਤ ਤੇ ਲਗਨ ਸਦਕਾ ਦੁਬਾਰਾ ਆਪਣੇ ਪੁਰਾਣੇ ਰੰਗ ਅਤੇ ਜੋਬਨ ਵਿੱਚ ਆ ਚੁੱਕਾ ਹੈ ਇਥੋਂ ਦੇ ਲੋਕਾਂ ਦੀ ਜ਼ਿੰਦਾਦਿਲੀ ਅਤੇ ਅਨੋਖੀ ਇੱਛਾ ਸ਼ਕਤੀ ਅਤੇ ਖੁੱਲ੍ਹਦਿਲੀ ਵੇਖ ਕੇ ਜੀ ਪਰ ਆਉਂਦਾ ਹੈ ਕਿ ਕਾਸ਼ ਸਾਡੇ ਦੇਸ਼ ਦੇ ਵਸਨੀਕ ਵੀ ਇਸ ਤਰ੍ਹਾਂ ਦਰਾਂ ਦੇ ਹੋਣ ਜਰਮਨੀ ਵਿੱਚ ਬਹੁਤ ਸਾਰੀਆਂ ਖੂਬਸੂਰਤ ਅਤੇ ਮਨਮੋਹਕ ਸਥਾਨ ਦੇਖਣਯੋਗ ਹਨ ਜਰਮਨੀ ਦੇ ਲੋਕਾਂ ਵਿੱਚ ਸਭ ਤੋਂ ਮਹੱਤਤਾ ਵਾਲੀ ਤੇ ਪ੍ਰਸ਼ੰਸਾਯੋਗ ਗੱਲ ਇਹ ਹੈ ਕਿ ਇਹ ਲੋਕ ਹਰ ਸਮੇਂ ਖੁਸ਼ ਰਹਿ ਕੇ ਭਰਪੂਰ ਜ਼ਿੰਦਗੀ ਜਿਉਂਦੇ ਹਨ ਅਤੇ ਜ਼ਿੰਦਗੀ ਦਾ ਪੂਰ ਆਨੰਦ ਮੰਨਦੇ ਹਨ ਜਰਮਨੀ ਦੇ ਲੋਕਾਂ ਦਾ ਵਿਸ਼ਵਾਸ ਹੈ ਕਿ ساری ਉਮਰ ਪੈਸੇ ਜੋੜ ਕੇ ਜਾਂ ਕਿਸ਼ਤਾਂ ਰਾਹੀਂ ਲੰਬੇ ਸਮੇਂ ਤੱਕ ਪੇਮੈਂਟ ਕਰਕੇ ਮਕਾਨ ਖਰੀਦਣ ਦਾ ਕੋਈ ਖਾਸ ਲਾਭ ਨਹੀਂ ਸਗੋਂ ਮਕਾਨ ਖਰੀਦਣ ਦਾ ਇਹ ਤਰੀਕਾ ਜ਼ਿੰਦਗੀ ਦਾ ਮਜ਼ਾ ਤੇ ਰੰਗ ਢੰਗ ਕਿਰਕਰਾ ਕਰ ਦਿੰਦਾ ਹੈ ਇਸ ਲਈ ਜਰਮਨੀ ਦੇ ਲੋਕਾਂ ਦਾ ਵਿਸ਼ਵਾਸ ਹੈ ਕਿ ਮਹਿੰਗਾ ਮਕਾਨ ਬਣਾਉਣ ਜਾਂ ਖਰੀਦਣ ਦੀ ਬਜਾਏ ਕਿਰਾਏ ਤੇ ਲੈਣਾ ਬਿਹਤਰ ਹੈ ਇਸੇ ਖਿਆਲ ਅਧੀਨ ਜਰਮਨੀ ਦੇ ਤਕਰੀਬਨ 60% ਲੋਕ ਕਿਰਾਏ ਦੇ ਮਕਾਨਾਂ ਵਿੱਚ ਰਹਿੰਦੇ ਹਨ ਇਸ ਦੇ ਉਲਟ ਭਾਰਤੀ ਮੂਲ ਦੇ ਲੋਕ ਜਿੱਥੇ ਵੀ ਰਹਿਣ ਭਾਰਤ ਵਿੱਚ ਜਾਂ ਵਿਦੇਸ਼ਾਂ ਵਿੱਚ ਆਪਣਾ ਮਕਾਨ ਬਣਾਉਣ ਤੇ ਜੋ ਦਿੰਦੇ ਹਨ ਭਾਵੇਂ ਮਕਾਨ ਦੀਆਂ ਵੱਡੀਆਂ-ਵੱਡੀਆਂ ਕਿਸ਼ਤਾਂ ਦਿੰਦਿਆਂ ਜ਼ਿੰਦਗੀ ਦੀ ਸ਼ਾਮ ਹੀ ਕਿਉਂ ਨਾ ਹੋ ਜਾਏ ਜ਼ਿੰਦਗੀ ਦਾ ਮਜ਼ੇਦਾਰ ਤੇ ਸੁਹਾਵਣਾ ਸਮਾਂ ਮਕਾਨ ਵਾਸਤੇ ਪੈਸੇ ਜੋੜਦਿਆਂ ਜਾਂ ਕਿਸ਼ਤਾਂ ਦਿੰਦਿਆਂ ਬੀਤ ਜਾਏ ਅਤੇ ਢਲਦੀ ਉਮਰੇ ਜਾਂ ਬੁਢੇਪੇ ਸਮੇਂ ਆਪਣਾ ਮਕਾਨ ਬਣ ਵੀ ਜਾਏ ਤਾਂ ਜਵਾਨੀ ਦੇ ਉਹ ਰੰਗੀਨ ਪਲ ਵਾਪਸ ਨਹੀਂ ਪਰਤਣ ਲੱਗੇ ਡੰਡੀ ਪੈਰਾ ਜਰਮਨੀ ਵਿੱਚ ਵਿਦਿਆਰਥੀ ਅਤੇ ਅਧਿਆਪਕ ਆਪਸ ਵਿੱਚ ਵੀ ਬੜੇ ਸੁਖਾਵੇਂ ਢੰਗ ਨਾਲ ਸਮਾਂ ਬਿਤਾਉਂਦੇ ਹਨ ਉਨ੍ਹਾਂ ਦਾ ਆਪਸੀ ਸਬੰਧ ਭੈਣਾ ਭਰਾਵਾਂ ਵਰਗਾ ਹੁੰਦਾ ਹੈ ਕੋਈ ਵੀ ਅਧਿਆਪਕ ਕਿਸੇ ਵਿਦਿਆਰਥੀ ਨੂੰ ਸਜ਼ਾ ਨਹੀਂ ਦੇ ਸਕਦਾ ਉਹ ਕੇਵਲ ਸਮਝਾ ਕੇ ਵਿਦਿਆਰਥੀ ਨੂੰ ਗਲਤੀ ਦਾ ਅਹਿਸਾਸ ਦਿਵਾ ਸਕਦਾ ਹੈ ਸਕੂਲਾਂ ਕਾਲਜਾਂ ਵਿੱਚ ਬੱਚਿਆਂ ਵਿਦਿਆਰਥੀਆਂ ਨੂੰ ਸਿੱਖਿਆ ਦੇਣ ਲਈ ਕੰਪਿਊਟਰ ਫਿਲਮਾਂ ਚਾਰਟ ਤੇ ਓਵਰਹੈਡ ਪ੍ਰੋਜੈਕਟਰਾਂ ਦੀ ਵਰਤੋਂ ਕੀਤੀ ਜਾਂਦੀ ਹੈ ਡੰਡੀ ਅਗਲਾ ਪੈਰਾ ਉੱਥੇ ਸਾਰੀ ਸਿੱਖਿਆ ਸਰਕਾਰ ਵੱਲੋਂ ਮੁਫਤ ਹੈ ਕੋਈ ਫੀਸ ਜਾਂ ਕਿਸੇ ਕਿਸਮ ਦਾ ਪੜ੍ਹਾਈ ਦਾ ਕੋਈ ਖਰਚ ਵਿਦਿਆਰਥੀਆਂ ਨੂੰ ਨਹੀਂ ਦੇਣਾ ਪੈਂਦਾ ਸਾਰੇ ਵਿਦਿਅਕ ਖਰਚੇ ਸਰਕਾਰ ਆਪਣੇ ਜ਼ਿੰਮੇ ਲੈਂਦੀ ਹੈ ਜਰਮਨੀ ਦੇ ਲੋਕ ਖੁਸ਼ ਮિજાਜ ਨਜ਼ਰ ਆਉਂਦੇ ਹਨ ਸ਼ਾਮ ਨੂੰ ਰੈਸਟੋਰੈਂਟਾਂ ਵਿੱਚ ਜਾ ਕੇ ਭਾਂਤ ਭਾਂਤ ਦੇ ਖਾਣਿਆਂ ਦਾ ਆਨੰਦ ਮਾਣਦੇ ਹਨ ਇੱਥੇ ਔਰਤਾਂ ਤੇ ਮਰਦਾਂ ਦੇ ਅਧਿਕਾਰਾਂ ਵਿੱਚ ਬਹੁਤਾ ਫਰਕ ਨਹੀਂ ਕਿਸੇ ਪਾਸੇ ਉਸੇ ਨਜ਼ਰ ਨਹੀਂ ਆਉਂਦੀ ਹਰ ਨਾਗਰਿਕ ਦੂਸਰੇ ਦੀ ਸੁਵਿਧਾ ਦਾ ਖਿਆਲ ਰੱਖਣਾ ਆਪਣਾ ਫਰਜ਼ ਸਮਝਦਾ ਹੈ ਆਟੋ ਗੱਡੀਆਂ ਤੇ ਹਾਰਨਾ ਦਾ ਕੋਈ ਸ਼ੋਰ ਨਹੀਂ ਹੈ ਕਿਸੇ ਕਿਸਮ ਦੇ ਲੜਾਈ ਝਗੜੇ ਜਾਂ ਦੰਗੇ ਫਸਾਦ ਨਹੀਂ ਸਵੇ ਚਾਲਕ ਮਸ਼ੀਨਾ ਮਨੁੱਖ ਜਾਤੀ ਦੀ ਸੇਵਾ ਲਈ ਕਈ ਤਰੀਕਿਆਂ ਨਾਲ ਕੰਮ ਕਰ ਰਹੀਆਂ ਹਨ ਕੁਝ ਮਿਸਾਲਾਂ ਪੇਸ਼ ਹਨ ਆਪਣੇ ਆਪ ਕਈ ਪ੍ਰਕਾਰ ਦੇ ਤਰਲ ਪਦਾਰਥਾਂ ਦੀਆਂ ਬੋਤਲਾਂ ਭਰੀਆਂ ਜਾਂਦੀਆਂ ਹਨ ਜਿਵੇਂ ਸੋਡਾ ਵਾਟਰ ਦੀਆਂ ਬੋਤਲਾਂ ਅਤੇ ਦੁੱਧ ਦੀਆਂ ਬੋਤਲਾਂ ਰੈਫਰਿਜਰੇਟਰ ਦਾ ਤਾਪਮਨ ਲੋੜਿੰਦੇ ਮਿਆਰ ਤੱਕ ਘਟ ਹੋਣ ਤੇ ਇਹ ਆਪਣੇ ਆਪ ਬੰਦ ਹੋ ਜਾਂਦਾ ਹੈ ਵੱਡੇ ਵੱਡੇ ਬਿਜਲੀ ਘਰਾਂ ਅਤੇ ਫੈਕਟਰੀਆਂ ਵਿੱਚ ਜਦੋਂ ਕੋਈ ਅਚਾਨਕ ਖਤਰਾ ਵਾਪਰਨ ਵਾਲਾ ਹੋਵੇ ਤਾਂ ਇਸ ਸੰਬੰਧੀ ਪਹਿਲਾਂ ਸਾਵਧਾਨੀ ਦਾ అలਾਰਮ ਦੇਣ ਲਈ ਆਪਣੇ ਆਪ అలਾਰਮ ਵੱਜਣੇ ਸ਼ੁਰੂ ਹੋ ਜਾਂਦੇ ਹਨ ਅਤੇ ਲਾਲ ਬत्तियां जग ਪੈਂਦੀਆਂ ਹਨ ਘਰਾਂ ਵਿੱਚ ਐਸੇ ਯੰਤਰ ਵੀ ਲੱਗ ਰਹੇ ਹਨ ਕਿ ਜੇ ਕਦੇ ਕੋਈ ਚੋਰ ਘਰ ਅੰਦਰ ਦਾਖਲ ਹੋਵੇ ਤਾਂ ਘੰਟੀਆਂ ਵੱਜਦੀਆਂ ਹਨ ਅਤੇ ਮਾਲਕ ਸਾਵਧਾਨ ਹੋ ਜਾਂਦਾ ਹੈ ਇਸ ਤਰ੍ਹਾਂ ਦੀਆਂ ਦੁਕਾਨਾਂ ਵੀ ਹੋਂਦ ਵਿੱਚ ਆ ਚੁੱਕੀਆਂ ਹਨ ਜਿੱਥੋਂ ਜਿਹੜੀ ਚੀਜ਼ ਖਰੀਦਣੀ ਹੋਵੇ ਉਹ ਬਟਨ ਦਬਾਉਣ ਨਾਲ ਲੋੜੀਂਦੀ ਵਸਤੂ ਆਪਣੇ ਆਪ ਤੁਹਾਡੇ ਅੱਗੇ ਹਾਜ਼ਰ ਹੋ ਜਾਂਦੀ ਹੈ ਬੈਂਕ ਵਿੱਚ ਕੈਸ਼ ਕਢਾਉਣ ਲਈ ਏਟੀਐਮ ਸੇਵਾ ਆਮ ਹੋ ਗਈ ਹੈ ਜਿਸ ਦੁਆਰਾ ਬਟਨ ਦਬਾਉਣ ਨਾਲ ਹੀ ਲੋੜੀਂਦੀ ਰਕਮ ਦੇ ਨੋਟ ਤੁਹਾਡੇ ਮਸ਼ੀਨ ਵਿੱਚੋਂ ਬਾਹਰ ਆ ਜਾਂਦੇ ਹਨ ਵਜ਼ਨ ਕਰਨ ਵਾਲੀ ਮਸ਼ੀਨ ਤੇ ਖਲੋਂਦਿਆਂ ਸਾਰ ਹੀ ਉਹ ਮਸ਼ੀਨ ਤੁਹਾਡਾ ਵਜ਼ਨ ਟਿੱਟ ਉੱਪਰ ਛਾਪ ਕੇ ਪੇਸ਼ ਕਰਦੀ ਹੈ ਇਸੇ ਤਰ੍ਹਾਂ ਹੀ ਕਾਰ ਦੀ ਇੱਕ ਨਵੀਂ ਬ੍ਰੇਕ ਬਣੀ ਹੈ ਚੱਲਦੀ ਹੋਈ ਕਾਰ ਦੇ ਅੱਗੇ ਜਦੋਂ ਅਚਾਨਕ ਹੀ ਕੋਈ ਖਤਰਾ ਵਾਪਰਨ ਵਾਲਾ ਹੋਵੇ ਤਾਂ ਆਪਣੇ ਆਪ ਹੀ ਕਾਰ ਦੀ ਬ੍ਰੇਕ ਲੱਗ ਜਾਂਦੀ ਹੈ ਡੰਡੀ ਸਟਾਕ